ਮੈਂ ਦਬੁਰਜੇ, ਮੇਰੇ ਚਾਚਾ ਜੀ ਦਾ ਬੇਟਾ ਹੈ। ਕੀ ਹੋਇਆ ਕਿ ਕਿੰਨੀ ਦੇਰ ਹੋਈ ਇਹਨਾਂ ਨੂੰ ਵਿਦੇਸ਼ ਤੋਂ ਆਏ ਅਤੇ ਵਿਦੇਸ਼ ਤੋਂ ਆਏ ਨੂੰ 20-25 ਦਿਨ ਹੋਏ ਆ ਜੀ, ਅਤੇ ਆ ਗਏ ਨੇ। ਸਗੋਂ ਆਪਣਾ ਕਾਰੋਬਾਰ ਵਧੀਆ ਚਲਾਉਣ ਲੱਗ ਪਿਆ ਸੀ, ਆਪਣੀ ਇੱਥੇ ਗੱਡੀ ਲਈ ਹੈ। ਇਹ ਜ਼ਿਆਦਾ ਹੁਣ ਬਾਹਰ ਦਾ ਮਨ ਘੱਟ ਲੱਗਦਾ ਕਿ ਮੈਂ ਪੰਜਾਬ 'ਚ ਹੀ ਰਹਾਂ, ਆਪਣੇ ਬੱਚਿਆਂ ਕੋਲ ਇੱਥੇ ਪੜ੍ਹਾਵਾਂ, ਇੱਥੇ ਵਧੀਆ ਰਹਾਂ। ਪਰ ਉਹ ਜਿੱਦਾਂ ਕਿ ਕਿਸੇ ਵਿਰੋਧੀਆਂ ਨੂੰ ਨਹੀਂ ਪਲ ਕੱਟੀ ਜਿਹੜੀ ਗੱਲ ਆ, ਅਤੇ ਉਹ ਇਹਦੇ ਨਾਲ ਅੱਜ ਇਹ ਚਾਂਸ ਹੋ ਗਿਆ ਜੀ। ਕੌਣ ਸੀ ਬੰਦੇ, ਕੋਈ ਲੱਗਦਾ ਕਿ ਪੁਰਾਣੀ ਰੰਜਿਸ਼ ਦੇ ਚੱਲਦੇ ਕਿਉਂਕਿ ਲੁੱਟ ਨਹੀਂ, ਕੋਈ ਰੰਜਿਸ਼ ਨਹੀਂ, ਕੋਈ ਲੁੱਟ ਨਹੀਂ ਆ ਇਹਨਾਂ ਦਾ। ਪਹਿਲਾਂ ਥੋੜ੍ਹੇ ਚਿਰ ਪਹਿਲਾਂ ਇਹਨਾਂ ਦੀ ਮੈਰਿਜ ਦਾ ਇਹਨਾਂ ਦੀ ਵਾਈਫ ਹੋਈ ਸੀ, ਤਾਂ ਕਿ ਜਿੱਦਾਂ ਉਹਨੇ ਸੁਸਾਈਡ ਕਰ ਲਈ 22 'ਚੋਂ, ਅਤੇ ਬਾਅਦ ਵਿੱਚ ਕਿਨਾਲ ਦੇ ਸੁਸਾਈਡ ਕਰਨ ਤੋਂ ਬਾਅਦ 'ਚ ਉਹਨਾਂ ਨੇ ਇਹਨਾਂ ਦੇ ਪਰਚੇ ਕਰਾਤੇ ਸੀ, ਅਤੇ ਉਹ ਕਿਤੇ ਇਹਨਾਂ ਨੂੰ ਫੋਨ ਆਉਂਦੇ ਸੀ ਕਿਤੇ ਬਾਹਰੋਂ, ਜਿੱਦਾਂ ਥੋੜ੍ਹੇ ਦਿਨ ਅੱਜ ਤੋਂ 1-2 ਮਹੀਨੇ ਪਹਿਲਾਂ ਵੀ ਫੋਨ ਆਏ ਕਿ ਅਸੀਂ ਤੈਨੂੰ ਆਹ ਕਰਨਾ ਉਹ ਕਰਨਾ, ਅਤੇ ਕੀ ਪਤਾ ਉਹ ਵੀ ਹੋ ਸਕਦੇ ਵਿੱਚ। ਕੀ ਕਾਰੋਬਾਰ ਕਰਨਾ ਸੀ ਕੋਈ ਇਹਨਾਂ ਨੇ? ਵੀ ਕਾਰੋਬਾਰ ਕਰ ਰਹੇ ਸੀ, ਆਪਣੀ ਇਹਨਾਂ ਦੀ ਜ਼ਮੀਨ ਸੀ ਇੱਥੇ, ਅਤੇ ਨਾਲ ਇਹ ਹੁਣ ਹੋਟਲ ਲੈ ਰਹੇ ਸੀ ਵੀ ਆਪਣਾ ਚਲੋ ਕਾਰੋਬਾਰ ਇੱਥੇ ਬਣਾਉਂਦੇ ਹਾਂ, ਅਤੇ ਜਿੰਨੇ ਚਿਰ ਹੁਣ ਬਾਹਰ ਰਹਿ ਰਹੇ ਹਾਂ 15-20 ਸਾਲ ਰਹਿ ਰਹੇ ਹਾਂ, ਬੜਾ ਵਧੀਆ। ਵਿਦੇਸ਼ ਕੌਣ ਕੌਣ ਰਹਿੰਦਾ ਸੀ ਇਹਨਾਂ ਦਾ? ਵਿਦੇਸ਼ ਸਾਰੀ ਫੈਮਿਲੀ, ਇਹਨਾਂ ਦੇ ਬ੍ਰਦਰ ਵੀ ਸਿਸਟਰ ਵੀ ਉੱਥੇ ਬਾਹਰ ਸੀ। ਹਾਂਜੀ ਠੀਕ। ਮੇਰਾ ਜਿਹੜੀ ਇਹਦੇ ਜਿਹਦੇ ਨਾਲ ਮਤਲਬ ਘਟਨਾ ਵਾਪਰੀ ਆ, ਉਹਦੀ ਮਿਸਿਜ ਆ ਮੇਰੀ ਭਤੀਜੀ ਲੱਗਦੀ ਆ, ਅਤੇ ਜੋ ਇਹ ਘਟਨਾ ਵਾਪਰੀ ਆ ਬਹੁਤ ਦੁਖਦਾਈ ਆ। ਮਤਲਬ ਇਹਦੇ 'ਚ ਕੋਈ ਗੱਲ ਜਿਹੜੀ ਕਿਸੇ ਬੰਨੇ ਕੋਈ ਸੇਫਟੀ ਵਾਲੀ ਹੈ ਨੀਗੀ। ਇੱਕ ਬੇਖੌਫ ਹੋ ਕੇ ਘਰ ਵੜ ਕੇ ਮਤਲਬ ਬਹਾਨਾ ਗੱਡੀ ਦਾ ਬਣਾ ਕੇ ਅਸੀਂ ਦੇਖਣੀ ਆ, ਅਤੇ ਇਹਨੂੰ ਗੰਨ ਦੇ ਨਾਲ ਅੰਦਰ ਲੈ ਜਾਂਦੇ ਆ, ਅੰਦਰ ਖੜ ਕੇ ਸਿੱਧੀਆਂ ਗੋਲੀਆਂ ਚਲਾ ਦਿੰਦੇ ਆ। ਬੰਦੇ ਬੱਚੇ ਰੋਂਦੇ ਕਰਲਾਉਂਦੇ ਵੀ ਨਾ ਮਾਰੋ ਨਾ ਮਾਰੋ, ਪਾਪਾ ਨੂੰ ਕਿਸੇ ਦੀ ਨਹੀਂ ਸੁਣਦੇ, ਬੱਚਿਆਂ ਨੂੰ ਧੂਹ ਧੂਹ ਪਰਾਂ ਸੁੱਟਦੇ ਆ, ਗੋਲੀਆਂ ਮਾਰ ਦਿੱਤੀਆਂ ਜਾਂਦੀਆਂ, ਮਾਰ ਕੇ ਗੋਲੀਆਂ ਆਪਦੀ ਮਰਜ਼ੀ ਦੇ ਨਾਲ ਤਸੱਲੀ ਕਰਕੇ ਚਲੋ ਉਹਨੇ ਬੇੜੀ ਨੇ ਇਹਨੂੰ ਧੂਹ ਕੇ ਡਿੱਗੇ ਪੈ ਨੂੰ ਅੰਦਰ ਸੁੱਟ ਲਿਆ, ਅਤੇ ਥੋੜ੍ਹੀ ਜਿਹੀ ਬੱਚਤ ਬਾਕੀ ਗੋਲੀਆਂ ਦੀ ਰਹਿ ਗਈ ਆ, ਨਹੀਂ ਤਾਂ ਜਿੰਨਾ ਵੀ ਅਸਲਾ ਸਾਰਾ ਖਾਲੀ ਇਹਦੇ 'ਚ ਕਰਕੇ ਜਾਂਦੇ। ਦੇਖੋ ਬਿਲਕੁਲ ਜੀ ਬਿਲਕੁਲ, ਅਸਲ ਵਿੱਚ ਅਮੈਰੀਕਾ ਗਏ ਨੂੰ ਦੋਵਾਂ ਭਰਾਵਾਂ ਨੂੰ ਕਾਫੀ ਦੇਰ ਹੋ ਗਿਆ ਸੀਗਾ, ਅਤੇ ਤਾਂ ਸਿਰ 'ਤੇ ਨਹੀਂ ਸੀ ਰਹਿਣਾ ਚਾਹੁੰਦੇ ਸੀ ਪਰਿਵਾਰ ਦੇ ਵਿੱਚ, ਵੀ ਬੱਚੇ ਆ ਇੱਥੇ ਰਹਾਂਗੇ, ਪਰ ਰਹਿਣ ਵਾਲੇ ਅਜੇ ਤਾਂ ਸੋਚਿਆ ਮਗਰੋਂ ਤਾਂ ਘਟਨਾ ਪਹਿਲਾਂ ਵਾਪਰ ਕੇ ਰਹੂਗਾ, ਕਿਉਂਕਿ ਆਇਆ ਵਿਚਾਰਾ ਰਹਿਣ ਵਾਸਤੇ ਸੀਗਾ ਵੀ ਮੈਂ ਹੁਣ ਕੰਮ ਕੀਤਾ ਵਾ, ਪੈਸੇ ਚਾਰ ਕਮਾਏ ਤਾਂ ਆਪਦੀ ਇਨਵੈਸਟਮੈਂਟ ਕਰਕੇ ਰੋਟੀ ਖਾਵਾਂ, ਪਰ ਨਹੀਂ ਹਾਲਾਤ ਇਹੋ ਜਿਹੇ ਹੈਗੇ, ਇਹਦਾ ਤਾਂ ਮਤਲਬ ਨਤੀਜਾ ਉਹਨੂੰ ਪਹਿਲਾਂ ਮਿਲ ਗਿਆ। ਅਜੇ ਤਾਂ ਮਤਲਬ ਵਿਚਾਰੇ ਸੋਚਿਆ ਹੀ ਆ, ਅਜੇ ਕੀਤਾ ਵੀ ਕੁਛ ਨਹੀਂ, ਨਾ ਕੋਈ ਲਿਆ ਨਾ ਦਿੱਤਾ, ਅਜੇ ਵੇਖੋ ਜੀ ਇਹ ਤਾਂ ਸੋਚ ਹੀ ਰਿਹਾ, ਅਜੇ ਤਾਂ ਕੋਈ ਸੌਦਾ ਨਹੀਂ ਹੋਇਆ, ਲਿਆ ਨਹੀਂ ਕੁਛ, ਜੇ ਤਾਂ ਮਤਲਬ ਆਉਂਦੇ ਸਲਾਹ ਕਰਦੇ ਨੂੰ ਗੋਲੀਆਂ ਮਿਲੀਆਂ, ਅਤੇ ਜੇ ਲੈ ਲੈਂਦਾ ਫਿਰ ਕੀ ਬਣਦਾ। ਵੇਖੋ ਜੀ ਪੁਰਾਣੀ ਰੰਜਿਸ਼ ਦਾ ਹੁਣ ਇਹ ਤਾਂ ਪੜਤਾਲ ਦਾ ਵਿਸ਼ਾ, ਪਤਾ ਲੱਗੇਗਾ ਕੋਈ ਪੂਰਾ ਪਹਿਲੋਂ, ਇਹਦੀ ਇੱਕ ਮੈਰਿਜ ਪਹਿਲੋਂ ਸੀਗੀ, ਹੋ ਸਕਦਾ ਉਹਨਾਂ ਸਹੁਰਿਆਂ ਨੇ ਕੋਈ ਨਾ ਕੋਈ ਇਹੋ ਜਿਹੀ ਵਾਰ ਕੀਤੀ ਹੋਵੇ। ਹਾਂਜੀ ਬਾਕੀ ਇਹ ਹੈ ਜਾਂਚ ਪੜਤਾਲ ਹੋਊ ਤਾਂ ਫਿਰ ਪਤਾ ਲੱਗੂਗਾ ਆਪਾਂ ਨੂੰ। ਗੋਲੀ ਦੇਖੋ ਜੀ ਇੱਕ ਹੱਥ 'ਤੇ ਆ, ਅਤੇ ਬਾਕੀ ਗੋਲੀ ਜਿਹੜੀ ਆ ਮੂੰਹ ਦੇ ਉੱਤੇ ਆ, ਇਹ ਗੋਲੀ ਜਿਹੜੀ ਅਜੇ ਅੰਦਰ ਆ, ਇਹ ਵੇਖੋ ਬਾਹਰ ਡਾਕਟਰ ਕੱਢਦੇ ਆ ਕਦੋਂ ਨਿਕਲਦੀ ਕਦੋਂ ਹੋਸ਼ ਆਉਂਦਾ ਵਾ, ਅਜੇ ਬੇਹੋਸ਼ ਦੀ ਹਾਲਤ 'ਚ ਆ, ਅਜੇ ਕੁਛ ਨਹੀਂ ਕਿਹਾ ਜਾ ਸਕਦਾ। ਮੰਗ ਵੇਖੋ ਜੀ ਇਨਸਾਫ ਦੀ ਕਰਦੇ ਹਾਂ, ਇਨਸਾਫ ਮਿਲੇ ਜਿਹੜੇ ਅੱਜ ਇਹੋ ਜਿਹੇ ਬੰਦੇ ਨਾਲ ਘਟਨਾ ਵਾਪਰੀ, ਪਹਿਲਾਂ ਬਹੁਤ ਵਾਪਰੀਆਂ, ਕੋਈ ਨਵੀਂ ਨਹੀਂ ਹੈਗੀ, ਜਾਂ ਤਾਂ ਇਕੱਲੀ ਹੋਵੇ ਤਾਂ ਆਪਾਂ ਇਹਦੇ ਬਾਰੇ ਰੋਈਏ ਵੀ ਇਕੱਲੀ ਆ, ਬਹੁਤ ਦਿਨ ਰਾਤ ਮਤਲਬ ਖਬਰਾਂ ਅੰਮ੍ਰਿਤਸਰ ਦੀ ਖਾਸ ਕਰਕੇ ਆਉਂਦੀਆਂ, ਪਰ ਜੇ ਨਾ ਇਨਸਾਫ ਮਿਲੂਗਾ ਤਾਂ ਦੁਨੀਆ ਫਿਰ ਬਾਹਰ ਨੂੰ, ਜਿਹੜੀ ਅੱਗੇ ਬੱਚੇ ਗਏ ਤੇ ਇਹ ਵੀ ਜਿਹੜਾ ਕੋਈ ਆਊਗਾ ਬਾਹਰ ਚਲੂ, ਹੋਰ ਕੀ ਕਰਨਾ। ਸਰਕਾਰ ਨੂੰ ਤਾਂ ਚਾਹੀਦਾ ਵੀ ਇਹ ਲਾ ਐਂਡ ਆਰਡਰ ਦੀ ਸਥਿਤੀ ਨੂੰ ਸੰਭਾਲੇ। ਵੇਖੋ ਕਹਿਣਾ ਨਹੀਂ ਚਾਹੀਦਾ, ਜੇ CM ਸਾਹਿਬ ਆਪ ਜਿਹੜਾ ਝੰਡਾ ਲਹਿਰਾਉਂਦੇ ਆ ਤਾਂ ਆਪਦਾ ਮਤਲਬ ਕਿ ਜਿਹੜਾ ਬੁਲਟ ਪਰੂਫ ਕੈਬਨ ਬਣਾਉਂਦੇ ਆ, ਅਤੇ ਇਹ ਆਪਾਂ ਨੂੰ ਕੀ ਯਾਦ ਹੁੰਦਾ ਵਾ, ਇਹ ਨਹੀਂ ਆਪਾਂ ਨੂੰ ਪਤਾ ਵੀ ਹਾਲਾਤ ਮਾੜੇ ਕਰਕੇ ਕਰਦੇ ਆ, ਨਹੀਂ ਤਾਂ ਅਜੇ ਤੱਕ ਜਿੰਨੇ ਸਾਰੇ ਆਜ਼ਾਦੀ ਦੇ ਦਿਹਾੜੇ ਦੇ ਉੱਤੇ ਆਮ ਮਤਲਬ ਜੋ ਆਪਣੀ ਰਸਮ ਕਰਦੇ ਰਹੇ ਆ, ਪਹਿਲੀ ਵਾਰੀ ਆ ਵੇਖਿਆ, ਇਹ ਤੋਂ ਪਤਾ ਲੱਗਦਾ ਸਾਨੂੰ ਲਾ ਐਂਡ ਆਰਡਰ ਮਾੜਾ, ਸਰਕਾਰ ਮੰਨੇ ਨਾ ਮੰਨੇ, ਪਰ ਇਹਨੂੰ ਸਹੀ ਕਰਨਾ ਚਾਹੀਦਾ, ਬੇਨਤੀ ਕਰ। ਮੈਂ ਦਬੁਰਜੇ, ਮੇਰੇ ਚਾਚਾ ਜੀ ਦਾ ਬੇਟਾ ਸੀ,
ਕੀ ਹੋਇਆ ਕਿ ਕਿੰਨੀ ਦੇਰ ਹੋਈ ਇਹਨਾਂ ਨੂੰ ਵਿਦੇਸ਼ ਤੋਂ ਆਏ ਅਤੇ ਇੱਥੇ ਵਿਦੇਸ਼ ਤੋਂ ਆਏ ਨੂੰ 20-25 ਦਿਨ ਹੋਏ ਆ ਜੀ, ਅਤੇ ਆ ਗਏ ਨੇ ਸਗੋਂ ਆਪਣਾ ਕਾਰੋਬਾਰ ਵਧੀਆ ਚਲਾਉਣ ਲੱਗ ਪਿਆ ਸੀ, ਆਪਣੀ ਇੱਥੇ ਗੱਡੀ ਲਈ ਹੈ। ਇਹ ਜ਼ਿਆਦਾ ਹੁਣ ਬਾਹਰ ਦਾ ਮਨ ਘੱਟ ਲੱਗਦਾ ਕਿ ਮੈਂ ਪੰਜਾਬ 'ਚ ਹੀ ਰਹਾਂ, ਆਪਣੇ ਬੱਚਿਆਂ ਕੋਲ ਇੱਥੇ ਪੜ੍ਹਾਵਾਂ, ਇੱਥੇ ਵਧੀਆ ਰਹਾਂ, ਪਰ ਉਹ ਜਿੱਦਾਂ ਕਿ ਕਿਸੇ ਵਿਰੋਧੀਆਂ ਨੂੰ ਨਹੀਂ ਪਲ ਕੱਟੀ ਜਿਹੜੀ ਗੱਲ ਆ, ਅਤੇ ਉਹ ਇਹਦੇ ਨਾਲ ਅੱਜ ਇਹ ਚਾਂਸ ਹੋ ਗਿਆ ਜੀ। ਕੌਣ ਸੀ ਬੰਦੇ, ਕੋਈ ਲੱਗਦਾ ਕਿ ਪੁਰਾਣੀ ਰੰਜਿਸ਼ ਦੇ ਚੱਲਦੇ ਕਿਉਂਕਿ ਲੁੱਟ ਨਹੀਂ, ਕੋਈ ਰੰਜਿਸ਼ ਨਹੀਂ, ਕੋਈ ਲੁੱਟ ਨਹੀਂ ਆ ਇਹਨਾਂ ਦਾ। ਪਹਿਲਾਂ ਥੋੜ੍ਹੇ ਚਿਰ ਪਹਿਲਾਂ ਇਹਨਾਂ ਦੀ ਮੈਰਿਜ ਦਾ ਹੋਏ, ਇਹਨਾਂ ਦੀ ਵਾਈਫ ਹੋਈ ਸੀ ਤਾਂ ਕਿ ਜਿੱਦਾਂ ਉਹਨੇ ਸੁਸਾਈਡ ਕਰ ਲਈ 22 'ਚ, ਅਤੇ ਬਾਅਦ ਵਿੱਚ ਕਿਨਾਲ ਦੇ ਸੁਸਾਈਡ ਕਰਨ ਤੋਂ ਬਾਅਦ 'ਚ ਉਹਨਾਂ ਨੇ ਇਹਨਾਂ ਦੇ ਪਰਚੇ ਕਰਾਤੇ ਸੀ, ਅਤੇ ਉਹ ਕਿਤੇ ਇਹਨਾਂ ਨੂੰ ਫੋਨ ਆਉਂਦੇ ਸੀ ਕਿਤੇ ਬਾਹਰੋਂ, ਜਿੱਦਾਂ ਥੋੜ੍ਹੇ ਦਿਨ ਅੱਜ ਤੋਂ 1-2 ਮਹੀਨੇ ਪਹਿਲਾਂ ਵੀ ਫੋਨ ਆਏ ਕਿ ਅਸੀਂ ਤੈਨੂੰ ਆਹ ਕਰਨਾ ਉਹ ਕਰਨਾ, ਅਤੇ ਕੀ ਪਤਾ ਉਹ ਵੀ ਹੋ ਸਕਦੇ ਵਿੱਚ। ਕੀ ਕਾਰੋਬਾਰ ਕਰਨਾ ਸੀ ਕੋਈ ਇਹਨਾਂ ਨੇ? ਕਾਰੋਬਾਰ ਕਰ ਰਹੇ ਸੀ, ਆਪਣੀ ਇਹਨਾਂ ਦੀ ਜ਼ਮੀਨ ਸੀ ਇੱਥੇ, ਅਤੇ ਨਾਲ ਇਹ ਹੁਣ ਹੋਟਲ ਲੈ ਰਹੇ ਸੀ ਕਿ ਆਪਣਾ ਚਲੋ ਕਾਰੋਬਾਰ ਇੱਥੇ ਬਣਾਉਂਦੇ ਹਾਂ, ਅਤੇ ਜਿੰਨੇ ਚਿਰ ਹੁਣ ਬਾਹਰ ਰਹਿ ਲਏ ਹਾਂ 15-20 ਸਾਲ ਰਹਿ ਲਏ ਹਾਂ, ਬੜਾ ਵਧੀਆ। ਵਿਦੇਸ਼ ਕੌਣ ਕੌਣ ਰਹਿੰਦਾ ਸੀ ਇਹਨਾਂ ਦਾ? ਵਿਦੇਸ਼ ਸਾਰੀ ਫੈਮਿਲੀ ਇਹਨਾਂ ਦੇ, ਇਹਦੇ ਬ੍ਰਦਰ ਵੀ, ਸਿਸਟਰ ਵੀ ਉੱਥੇ ਬਾਹਰ ਸੀ ਜੀ। ਹਾਂਜੀ ਠੀਕ। ਮੇਰਾ ਜਿਹੜੀ ਇਹਦੇ ਜਿਹਦੇ ਨਾਲ ਮਤਲਬ ਘਟਨਾ ਵਾਪਰੀ ਆ, ਉਹਦੀ ਮਿਸਿਜ ਆ ਮੇਰੀ ਭਤੀਜੀ ਲੱਗਦੀ ਆ, ਅਤੇ ਜੋ ਇਹ ਘਟਨਾ ਵਾਪਰੀ ਆ ਬਹੁਤ ਦੁਖਦਾਈ ਆ। ਮਤਲਬ ਇਹਦੇ 'ਚ ਕੋਈ ਗੱਲ ਜਿਹੜੀ ਕਿਸੇ ਬੰਨੇ ਕੋਈ ਸੇਫਟੀ ਵਾਲੀ ਹੈ ਨਹੀਂ ਗੀ, ਇੱਕ ਬੇਖੌਫ ਹੋ ਕੇ ਘਰ ਵੜ ਕੇ ਮਤਲਬ ਬਹਾਨਾ ਗੱਡੀ ਦਾ ਬਣਾ ਕੇ ਅਸੀਂ ਦੇਖਣੀ ਆ, ਅਤੇ ਇਹਨੂੰ ਗੰਨ ਦੇ ਨਾਲ ਅੰਦਰ ਲੈ ਜਾਂਦੇ ਆ, ਅੰਦਰ ਖੜ ਕੇ ਸਿੱਧੀਆਂ ਗੋਲੀਆਂ ਚਲਾ ਦਿੰਦੇ ਆ, ਬੰਦੇ ਬੱਚੇ ਰੋਂਦੇ ਕਰਲਾਉਂਦੇ ਵੀ ਨਾ ਮਾਰੋ ਨਾ ਮਾਰੋ ਪਾਪਾ ਨੂੰ, ਕਿਸੇ ਦੀ ਨਹੀਂ ਸੁਣਦੇ, ਬੱਚਿਆਂ ਨੂੰ ਧੂ ਧੂ ਪਰਾਂ ਸੁੱਟਦੇ ਆ, ਗੋਲੀਆਂ ਮਾਰ ਦਿੱਤੀਆਂ ਜਾਂਦੀਆਂ, ਮਾਰ ਕੇ ਗੋਲੀਆਂ ਆਪਦੀ ਮਰਜ਼ੀ ਦੇ ਨਾਲ ਤਸੱਲੀ ਕਰਕੇ, ਚਲੋ ਉਹਨੇ ਬੇੜੀ ਨੇ ਇਹਨੂੰ ਧੂ ਕੇ ਡਿੱਗੇ ਪੈ ਨੂੰ ਅੰਦਰ ਸੁੱਟ ਲਿਆ, ਅਤੇ ਥੋੜ੍ਹੀ ਜਿਹੀ ਬੱਚਤ ਬਾਕੀ ਗੋਲੀਆਂ ਦੀ ਰਹਿ ਗਈ ਆ, ਨਹੀਂ ਤਾਂ ਜਿੰਨਾ ਵੀ ਅਸਲ ਹੈ ਸਾਰਾ ਖਾਲੀ ਇਹਦੇ 'ਤੇ ਕਰਕੇ ਜਾਂਦੇ। ਦੇਖੋ ਬਿਲਕੁਲ ਜੀ ਬਿਲਕੁਲ, ਅਸਲ ਵਿੱਚ ਅਮੈਰੀਕਾ ਗਏ ਨੂੰ ਦੋਵਾਂ ਭਰਾਵਾਂ ਨੂੰ ਕਾਫੀ ਦੇਰ ਹੋ ਗਿਆ ਸੀਗਾ, ਅਤੇ ਤਾਂ ਸਿਰ 'ਤੇ ਨਹੀਂ ਸੀ ਰਹਿਣਾ ਚਾਹੁੰਦੇ ਸੀ ਪਰਿਵਾਰ ਦੇ ਵਿੱਚ, ਵੀ ਬੱਚੇ ਆ ਇੱਥੇ ਰਹਾਂਗੇ, ਪਰ ਰਹਿਣ ਵਾਲੇ ਅਜੇ ਤਾਂ ਸੋਚਿਆ ਮਗਰੋਂ ਤਾਂ ਘਟਨਾ ਪਹਿਲਾਂ ਵਾਪਰ ਕੇ ਰਹੂਗਾ, ਕਿਉਂਕਿ ਆਇਆ ਵਿਚਾਰਾ ਰਹਿਣ ਵਾਸਤੇ ਸੀਗਾ, ਵੀ ਮੈਂ ਹੁਣ ਕੰਮ ਕੀਤਾ ਵਾ, ਪੈਸੇ ਚਾਰ ਕਮਾਏ ਤਾਂ ਆਪਦੀ ਇਨਵੈਸਟਮੈਂਟ ਕਰਕੇ ਰੋਟੀ ਖਾਵਾਂ, ਪਰ ਨਹੀਂ ਹਾਲਾਤ ਇਹੋ ਜਿਹੇ ਹੈਗੇ, ਇਹਦਾ ਤਾਂ ਮਤਲਬ ਨਤੀਜਾ ਉਹਨੂੰ ਪਹਿਲਾਂ ਮਿਲ ਗਿਆ, ਅਜੇ ਤਾਂ ਮਤਲਬ ਵਿਚਾਰੇ ਸੋਚਿਆ ਹੀ ਆ, ਅਜੇ ਕੀਤਾ ਵੀ ਕੁਛ ਨਹੀਂ, ਨਾ ਕੋਈ ਲਿਆ ਨਾ ਦਿੱਤਾ, ਅਜੇ ਵੇਖੋ ਜੀ ਉਹ ਤਾਂ ਸੋਚ ਹੀ ਰਿਹਾ, ਅਜੇ ਤਾਂ ਕੋਈ ਸੌਦਾ ਨਹੀਂ ਹੋਇਆ, ਲਿਆ ਨਹੀਂ ਕੁਛ, ਅਜੇ ਤਾਂ ਮਤਲਬ ਆਉਂਦੇ ਸਲਾਹ ਕਰਦੇ ਨੂੰ ਗੋਲੀਆਂ ਮਿਲ ਗਈਆਂ, ਅਤੇ ਜੇ ਲੈ ਲੈਂਦਾ ਫਿਰ ਕੀ ਬਣ। ਵੇਖੋ ਜੀ ਪੁਰਾਣੀ ਰੰਜਿਸ਼ ਦਾ ਹੋਣਾ ਇਹ ਤਾਂ ਪੜਤਾਲ ਦਾ ਵਿਸ਼ਾ, ਪਤਾ ਲੱਗੇਗਾ ਕੋਈ ਪੂਰਾ ਪਹਿਲੋਂ ਇਹਦੀ ਇੱਕ ਮੈਰਿਜ ਪਹਿਲੋਂ ਸੀਗੀ, ਹੋ ਸਕਦਾ ਉਹਨਾਂ ਸਹੁਰਿਆਂ ਨੇ ਕੋਈ ਨਾ ਕੋਈ ਅਜੀ ਵਾਰ ਕੀਤੀ ਹੋਈ। ਹਾਂਜੀ ਬਾਕੀ ਇਹ ਜਾਂਚ ਪੜਤਾਲ ਹੋਵੇ ਫਿਰ ਪਤਾ ਲੱਗੂਗਾ ਆਪਾਂ ਨੂੰ। ਗੋਲੀ ਦੇਖੋ ਜੀ ਇੱਕ ਹੱਥ 'ਤੇ ਆ, ਅਤੇ ਬਾਕੀ ਗੋਲੀ ਜਿਹੜੀ ਆ ਮੂੰਹ ਦੇ ਉੱਤੇ ਆ, ਇਹ ਗੋਲੀ ਜਿਹੜੀ ਅਜੇ ਅੰਦਰ ਆ, ਇਹ ਵੇਖੋ ਬਾਹਰ ਡਾਕਟਰ ਕੱਢਦੇ ਆ ਕਦੋਂ ਨਿਕਲਦੀ ਕਦੋਂ ਹੋਸ਼ 'ਚ ਆਉਂਦਾ ਵਾ, ਅਜੇ ਬੇਹੋਸ਼ ਦੀ ਹਾਲਤ 'ਚ ਆ, ਅਜੇ ਕੁਛ ਨਹੀਂ ਕਿਹਾ ਜਾ ਸਕਦਾ। ਮੰਗ ਵੇਖੋ ਜੀ ਇਨਸਾਫ਼ ਦੀ ਕਰਦੇ ਹਾਂ, ਇਨਸਾਫ਼ ਮਿਲੇ ਜਿਹੜੇ ਅੱਜ ਇਹੋ ਜਿਹੇ ਬੰਦੇ ਨਾਲ ਘਟਨਾ ਵਾਪਰੀ, ਪਹਿਲਾਂ ਬਹੁਤ ਵਾਪਰੀਆਂ, ਕੋਈ ਨਵੀਂ ਨਹੀਂ ਹੈਗੀ, ਜਾਂ ਤਾਂ ਇਕੱਲੀ ਹੋਵੇ ਤਾਂ ਆਪਾਂ ਇਹਦੇ ਬਾਰੇ ਰੋਈਏ ਵੀ ਇਕੱਲੀ ਆ, ਬਹੁਤ ਦਿਨ ਰਾਤ ਮਤਲਬ ਖਬਰਾਂ ਅੰਮ੍ਰਿਤਸਰ ਦੀਆਂ ਖਾਸ ਕਰਕੇ ਆਉਂਦੀਆਂ, ਪਰ ਜੇ ਨਾ ਇਨਸਾਫ਼ ਮਿਲੂਗਾ ਤਾਂ ਦੁਨੀਆ ਫਿਰ ਬਾਹਰ ਨੂੰ ਜਿਹੜੀ ਅੱਗੇ ਬੱਚੇ ਗਏ ਤੇ ਇਹ ਵੀ ਜਿਹੜਾ ਕੋਈ ਆਊਗਾ ਬਾਹਰ ਚੱਲ ਜੂ, ਹੋਰ ਕੀ ਕਰਨਾ। ਸਰਕਾਰ ਨੂੰ ਤਾਂ ਚਾਹੀਦਾ ਵੀ ਇਹ ਲਾ ਐਂਡ ਆਰਡਰ ਦੀ ਸਥਿਤੀ ਨੂੰ ਸੰਭਾਲੇ, ਵੇਖੋ ਕਹਿਣਾ ਨਹੀਂ ਚਾਹੀਦਾ, ਜੇ CM ਸਾਹਿਬ ਆਪ ਜਿਹੜਾ ਝੰਡਾ ਲਹਿਰਾਉਂਦੇ ਆ ਤਾਂ ਉਹ ਆਪਦਾ ਮਤਲਬ ਕਿ ਜਿਹੜਾ ਵਰਲਡ ਪਰੂਫ ਕੈਬਨ ਬਣਾਉਂਦੇ ਆ, ਅਤੇ ਇਹ ਆਪਾਂ ਨੂੰ ਕੀ ਯਾਦ ਹੁੰਦਾ ਵਾ, ਇਹ ਨਹੀਂ ਆਪਾਂ ਨੂੰ ਪਤਾ ਹਾਲਾਤ ਮਾੜੇ ਕਰਕੇ ਕਰਦੇ ਆ, ਨਹੀਂ ਤਾਂ ਅਜੇ ਤੱਕ ਜਿੰਨੇ ਸਾਰੇ ਆਜ਼ਾਦੀ ਦੇ ਦਿਹਾੜੇ ਦੇ ਉੱਤੇ ਆਮ ਮਤਲਬ ਜੋ ਆਪਣੀ ਰਸਮ ਕਰਦੇ ਰਹੇ ਆ, ਪਹਿਲੀ ਵਾਰੀ ਆ ਵੇਖਿਆ, ਇਹ ਤੋਂ ਪਤਾ ਲੱਗਦਾ ਸਾਨੂੰ ਲਾ ਐਂਡ ਆਰਡਰ ਮਾੜਾ, ਸਰਕਾਰ ਮੰਨੇ ਨਾ ਮੰਨੇ, ਪਰ ਇਹਨੂੰ ਸਹੀ ਕਰਨਾ ਚਾਹੀਦਾ, ਬੇਨਤੀ ਕਰ।